ਸਤਿ ਸ਼੍ਰੀ ਅਕਾਲ ਲੋਕਨਾਥ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਫੰਗੂ ਤੇ ਮੇਰੇ ਨਾਲ ਹੈ ਸ਼ਖਸੀਅਤ ਮਾਲਵਿੰਦਰ ਸਿੰਘ ਮਾਲੀ ਸਾਹਿਬ ਮੌਜੂਦ ਨੇ। ਮਾਲੀ ਸਾਹਿਬ ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮਾਲੀ ਸਾਹਿਬ, ਆਖਰ ਸਾਰੀਆਂ ਘਟਨਾਵਾਂ ਇੱਕ ਹੋਰ ਦਿਸ਼ਾ ਵੱਲ ਮੁੜ ਗਈਆਂ ਜਦੋਂ ਜਥੇਦਾਰ ਸਾਹਿਬ ਨੇ ਇਕੱਠ ਸੱਦਿਆ ਸੀ ਤੇ ਫੇਸਬੁੱਕ ਦੇ ਉੱਤੇ ਪੋਸਟ ਪਾਈ ਸੀ, ਤਾਂ ਭਗਵੰਤ ਮਾਨ ਸਾਹਿਬ ਵੱਲੋਂ, ਮੁੱਖ ਮੰਤਰੀ ਸਾਹਿਬ ਵੱਲੋਂ ਅਕਾਲੀ ਦਲ ਦੇ ਨਾਲ ਜੋੜਨ ਤੋਂ ਬਾਅਦ ਇੱਕ ਵੱਡਾ ਇਸ਼ੂ ਆਹ ਵੀ ਇਸ ਗੱਲ ਨੂੰ ਖੜਾ ਹੋ ਗਿਆ। ਹਾਲਾਂਕਿ ਤੁਸੀਂ ਸਿੱਖ ਸਿਆਸਤ ਦੇ ਵਿੱਚ ਰਹੇ ਹੋ, ਸਿੱਖ ਸਿਆਸਤ ਨੂੰ ਬੜੇ ਨੇੜੇ ਤੋਂ ਅੰਦਰੋਂ ਸਮਝਦੇ ਹੋ, ਜਿਹੜਾ ਆਹ ਮੈਟਰ ਹੈ, ਇਸ ਮੈਟਰ ਤੇ ਕੀ ਵਿਚਾਰ ਰੱਖਦੇ ਹੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ? ਦੇਖੋ ਜੀ, ਸਿੱਖ ਸਿਧਾਂਤਾਂ ਦੇ ਅੰਦਰ ਜਾਂ ਸਿੱਖ ਅਮਲ ਦੇ ਅੰਦਰ ਅਕਾਲ ਤਖ਼ਤ ਸਾਹਿਬ ਦਾ ਇੱਕ ਵੱਡਾ ਰੁਤਬਾ ਮੰਨਿਆ ਜਾਂਦਾ। ਇਸੇ ਤਰ੍ਹਾਂ ਉਹਨਾਂ ਦੇ ਜਥੇਦਾਰ ਵੱਲੋਂ ਜੋ ਵੀ ਕੁਛ ਬੋਲਿਆ ਜਾਂਦਾ ਉਹਨੂੰ ਸਾਰੀ ਸਿੱਖ ਜਗਤ ਤੇ ਦੂਜੇ ਨੇ ਜਿਹੜੇ ਗੰਭੀਰਤਾ ਨਾਲ ਸੁਣਦੇ ਨੇ, ਲੈਂਦੇ ਨੇ। ਜਥੇਦਾਰ ਸਾਹਿਬ ਨੇ ਜੋ ਇਕੱਠ ਸੱਦਿਆ ਸੀ ਉਹਦੇ ਵਿੱਚ ਕੋਈ ਇਹੀ ਜਿਹੀ ਗੱਲ ਨਹੀਂ ਸੀ ਕਿ ਕੋਈ ਸਰਕਾਰ ਨੂੰ ਵੱਡੀ ਚੁਣੌਤੀ ਦਿੱਤੀ ਹੋਵੇ ਜਾਂ ਸਰਕਾਰ ਖਾਤਰ ਕੋਈ ਵੱਡੀ ਸਮੱਸਿਆ ਖੜੀ ਕੀਤੀ ਹੋਵੇ। ਜੋ ਗੱਲ ਸਰਕਾਰ ਕਹਿੰਦੀ ਆ ਵੀ ਅਸੀਂ ਜਾਂਚ ਕਰ ਰਹੇ ਹਾਂ ਤੇ ਕੋਈ ਵੀ ਬੇਗਨਾਹ ਨਹੀਂ ਫੜਿਆ ਜਾਊਗਾ, ਜਥੇਦਾਰ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ ਕਿ ਤੁਸੀਂ 24 ਘੰਟਿਆਂ ਦੇ ਵਿੱਚ ਜਿਹੜੇ ਬੇਗੁਨਾਹ ਨੇ ਉਹਨਾਂ ਨੂੰ ਛੱਡੋ, ਜਿਹੜੇ ਤੁਸੀਂ ਫੜ ਲਏ ਜਾਂਚ ਕਰ ਲਈ। ਸੋ ਇਸ ਮਸਲੇ ਤੇ ਸਰਕਾਰ ਨੂੰ ਜਾਂ ਮੁੱਖ ਮੰਤਰੀ ਨੂੰ ਕੋਈ ਤਕਰਾਰ ਜਾਂ ਤਕਰਾਰ ਪੈਣ ਦੀ ਲੋੜ ਨਹੀਂ ਸੀ, ਪਰ ਕਿਉਂਕਿ ਸਰਕਾਰ ਬਹੁਤ ਜਿਹਨੂੰ ਆਪਾਂ ਕਹਿੰਦੇ ਬੈਕਫੁੱਟ ਤੇ ਚੱਲ ਰਹੀ ਆ, ਜਿਹੜੇ ਹਿਸਾਬ ਨਾਲ ਜਿਵੇਂ ਇਸ ਮਸਲੇ ਨੂੰ ਡੀਲ ਕੀਤਾ ਗਿਆ ਉਸ ਹਿਸਾਬ ਨਾਲ ਮਤਲਬ ਘਟਦੀ ਦਾ ਪਹਿਰਾ ਸਰਕਾਰ ਤੇ, ਇਹ ਹਤਾਸ਼ਾ ਦੇ ਵਿੱਚ ਭਗਵੰਤ ਮਾਨ ਇਸ ਰੂਪ ਜਥੇਦਾਰ ਨੂੰ ਚੈਲੰਜ ਕਰ ਰਿਹਾ ਤੇ ਮੀਹਣੇ ਦੇ ਰਿਹਾ। ਠੀਕ ਆ, ਜਥੇਦਾਰ ਸਾਹਿਬ ਦੇ ਰੋਲ ਤੇ ਬੜੇ ਕਿੰਤੂ ਪ੍ਰੰਤੂ ਹੁੰਦੇ ਆਏ ਨੇ, ਅਸੀਂ ਵੀ ਕਰਦੇ ਰਹੇ ਹਾਂ ਕਿ ਤੁਸੀਂ ਇਸ ਹਿਸਾਬ ਨਾਲ ਸਾਰੀਆਂ ਘਟਨਾਵਾਂ ਬਿਮਤਦੇ ਹੋ ਕਿ ਇੱਕ ਜਿਹੜੀ ਸਿਆਸਤ ਆ ਉਹਨੂੰ ਸਭ ਤੋਂ ਵੱਧ ਰਾਸ ਆਉਂਦੀਆਂ ਨੇ ਉਹ ਗੱਲਾਂ, ਪਰ ਉਹ ਗੱਲਾਂ ਠੀਕ ਨੇ ਜਾਂ ਗਲਤ ਨੇ ਇਹਨਾਂ ਤੇ ਬਹਿਸ ਆ ਜਿਹੜੀ ਚੱਲਦੀ ਰਹਿਣੀ ਆ। ਪਰ ਸਾਡੇ ਲਈ ਅਫਸੋਸਨਾਕ ਗੱਲ ਇਹ ਆ ਵੀ ਪਿਛਲੇ ਸਮਿਆਂ 'ਚ ਦੇਖੋ ਜੀ, ਖਾਲਸਾ ਪੰਥ ਦੇ ਆਪਾਂ ਕਹਿ ਲਈਏ, ਸ਼੍ਰੋਮਣੀ ਅਕਾਲੀ ਦਲ ਦੇ ਕਹਿ ਲਈਏ, ਸਿੱਖਾਂ ਦੇ ਕਹਿ ਲਈਏ, ਚਾਰ ਵੱਡੇ ਕੇਂਦਰ ਹੁੰਦੇ ਸੀ ਜਿਹਨਾਂ ਦਾ ਆਪਦਾ ਰੁਤਬਾ ਸੀ ਤੇ ਆਪਦੀ ਤਾਕਤ ਸੀ ਉਹਨਾਂ ਕੋਲੇ। ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਆ ਜਿਹੜਾ ਉਹ ਸਮੁੱਚੇ ਸਿੱਖ ਜਗਤ ਨੂੰ ਸੰਬੋਧਿਤ ਹੁੰਦਾ ਸੀ, ਉਹਨਾਂ ਦੇ ਸਾਹਮਣੇ ਚਾਹੇ ਸਿਆਸੀ ਸਮੱਸਿਆਵਾਂ ਨੇ ਚਾਹੇ ਧਾਰਮਿਕ ਸਮੱਸਿਆਵਾਂ ਨੇ ਉਹਦੇ ਸੰਬੰਧੀ ਕੋਈ ਗਾਈਡਲਾਈਨ ਦਿੰਦੇ ਸੀ। ਫਿਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜੋ ਸਿੱਖਾਂ ਨੂੰ ਆਪਣੇ ਮੁਲਕ ਦੇ ਅੰਦਰ ਜਾਂ ਪੰਜਾਬ ਦੇ ਵਿੱਚ ਜੋ ਮਸਲੇ ਨੇ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਨੇ ਪ੍ਰਬੰਧ ਦੀਆਂ ਹੋਰ ਦੀਆਂ ਉਹਨਾਂ ਬਾਰੇ ਡਟ ਕੇ ਬੋਲਦੇ ਸੀ। ਅਕਾਲੀ ਦਲ ਦਾ ਪ੍ਰਧਾਨ ਆ ਜਿਹੜਾ ਅਕਾਲੀ ਦਲ ਦੇ ਸਿਧਾਂਤਾਂ ਅਨੁਸਾਰ ਸਿਆਸਤ ਦੇ ਵਿੱਚ ਦਖਲ ਦਿੰਦਾ ਸੀ ਜੀ। ਜਿਹੜਾ ਮੁੱਖ ਮੰਤਰੀ ਆ ਉਹ ਸੰਵਿਧਾਨ ਦੇ ਅਨੁਸਾਰ ਜਿੰਨਾ ਵੀ ਵਧੀਆ ਕਰ ਸਕਦਾ ਪੰਜਾਬ ਲਈ ਸਿੱਖਾਂ ਲਈ ਉਹ ਇਸ ਤਰ੍ਹਾਂ ਸੋਚਦਾ ਸੀ। ਪਰ ਇਹ ਦੁਖਾਂਤ ਆ ਕਿ ਪਾਰਟੀ ਦੀ ਵੀ ਤਾਕਤ ਸਾਰੀ ਇੱਕ ਪਰਿਵਾਰ ਨੇ ਆਪਦੇ ਹੱਥਾਂ 'ਚ ਕੇਂਦਰਿਤ ਕਰ ਲਈ ਤੇ ਖਾਲਸਾ ਪੰਥ ਦੇ ਜਿਹੜੇ ਚਾਰੇ ਕੇਂਦਰ ਸੀ ਵੱਡੇ ਉਹ ਵੀ ਬਾਕੀਆਂ ਨੂੰ ਮਿਸ ਕੇ ਉਹ ਵੀ ਇੱਕ ਪਰਿਵਾਰ ਦੇ ਹੱਥ 'ਚ ਕਰ ਲਿਆ, ਜਿਹਦੇ ਕਰਕੇ ਜਿਹੜਾ ਵਿਚਾਰਾਂ ਦਾ ਵਖਰੇਵਾਂ ਹੁੰਦਾ, ਜਿਹੜਾ ਸੰਵਾਦ ਹੁੰਦਾ, ਜਿਹੜਾ ਜਿਹੜਾ ਕਹਿੰਦੇ ਆ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗਣ ਚੱਲੀਏ, ਵੀ ਜਿੰਨੀਆਂ ਹਾਹ ਪੱਖੀ ਗੱਲਾਂ ਨੇ ਉਹਨਾਂ ਤੇ ਇਕੱਠੇ ਹੋਈਏ ਬਾਕੀ ਤੇ ਵਿਚਾਰ ਚਰਚਾ ਚੱਲਦੀ ਰਹੂ, ਉਹ ਸੰਵਾਦ ਦਾ ਅਮਲ ਠੱਪ ਹੋਇਆ ਹੋਇਆ ਜਥੇਦਾਰ ਸਾਹਿਬਾਨ ਦੀ ਸਾਖ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੋਇਆ। ਤੁਸੀਂ ਬਾਕੀ ਸਿੱਖਾਂ ਦੀ ਤਾਂ ਗੱਲ ਛੱਡੋ ਜੀ, ਅਕਾਲ ਤਖ਼ਤ ਦਾ ਜਥੇਦਾਰ ਜੋ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੰਦਾ, ਸ਼੍ਰੋਮਣੀ ਕਮੇਟੀ ਉਹ ਆਦੇਸ਼ ਨਹੀਂ ਮੰਨ ਰਹੀ। ਪਹਿਲੇ ਸਿੰਘ ਸਾਹਿਬਾਨ ਨੇ ਆਦੇਸ਼ ਦਿੱਤਾ ਸੀ ਵੀ ਇਹ ਮਖੌਲ ਬਣਿਆ ਹੋਇਆ ਜਥੇਦਾਰਾਂ ਨੂੰ ਲਾਉਣ ਦਾ ਤੇ ਹਟਾਉਣ ਦਾ, ਇਹਦੇ ਲਈ ਕੋਈ ਵਿਧੀ ਵਿਧਾਨ ਤੈਅ ਕਰੋ, ਕਿੰਨੇ ਸਾਲ ਹੋ ਗਏ ਇਹ ਮਸਲੇ ਨਹੀਂ ਵਿਚਾਰਿਆ। ਫਿਰ ਆਹ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਗੁਰਬਾਣੀ ਦਾ ਵਪਾਰ ਆ ਜਿਹੜਾ ਇਹ ਬੰਦ ਕਰੋ, ਇਹ ਸਭ ਨੂੰ ਮੁਫ਼ਤ ਦੇ ਵਿੱਚ ਜਾਣੀ ਚਾਹੀਦੀ ਆ ਤੇ ਸਭ ਨੂੰ ਹੱਕ ਹੋਣਾ ਚਾਹੀਦਾ ਪ੍ਰਸਾਰਣ ਦਾ, ਪੀਟੀਸੀ ਵਾਲਾ ਤੁਸੀਂ ਬੰਦ ਕਰੋ, ਤੁਸੀਂ ਆਪਦਾ ਚੈਨਲ ਖੋਲੋ ਜਿਵੇਂ ਲੋਕ ਸਭਾ ਦਾ ਚੈਨਲ ਆ, ਬਾਕੀ ਸਾਰੇ ਉਹ ਤੋਂ ਲਿੰਕ ਲੈ ਲੈਂਦੇ ਨੇ, ਉਹ ਤੇ ਕੋਈ ਕਾਰਵਾਈ ਨਹੀਂ ਹੋਈ। ਸੋ ਇਸ ਕਰਕੇ ਜਥੇਦਾਰ ਸਾਹਿਬ ਦਾ ਰੁਤਬਾ ਘਟਿਆ ਹੋਣ ਕਰਕੇ ਆ ਵੀ ਮੌਕਾ ਮਿਲਦਾ ਲੋਕਾਂ ਨੂੰ ਬੋਲਣ ਦਾ, ਭਗਵੰਤ ਮਾਨ ਆ ਜਿਹੜਾ ਉਹਨੇ ਵੀ ਸਿਆਸੀ ਟਿੱਪਣੀ ਉਹ ਕੀਤੀ ਆ ਜਥੇਦਾਰ ਸਾਹਿਬ ਦੇ ਬਿਆਨ ਤੇ ਜੀ। ਜੀ ਪਰ ਮਾਲੀ ਸਾਹਿਬ, ਖਾਸ ਕਰਕੇ ਤੁਸੀਂ ਤਾਂ ਇਤਿਹਾਸ ਜਾਣਦੇ ਹੋ, ਉਹਨਾਂ ਸਮੇਂ 'ਚ ਵਿਚਰੇ ਹੋ, ਪਹਿਲਾਂ ਵੀ ਕਦੇ ਏਦਾਂ ਹੋਇਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸਿਆਸੀ ਟਿੱਪਣੀ ਹੋਈ ਹੋਵੇ? ਸਿਆਸੀ ਟਿੱਪਣੀ ਕੀ ਜੀ, ਤੁਸੀਂ ਦੇਖੋ ਭਾਈ ਰਣਜੀਤ ਸਿੰਘ ਆ ਖਾਲਸੇ ਦਾ 300 ਸਾਲਾ ਸਾਜਨਾ ਦਿਵਸ ਸੀ, ਉਹਨਾਂ ਨੇ ਕਿਹਾ ਸੀ ਵੀ ਉਦੋਂ ਤੱਕ ਬਾਦਲ ਸਾਹਿਬ ਤੇ ਚੌੜਾ ਸਾਹਿਬ ਆਪਸੀ ਮਤਭੇਦ ਆ ਜਿਹੜੇ ਉਹਨਾਂ ਨੂੰ ਇੱਕ ਪਾਸੇ ਰੱਖਣ, ਰਲ ਮਿਲ ਕੇ ਖਾਲਸਾ ਸਾਜਨਾ ਦਿਵਸ ਮਨਾਉਣ।
ਤੇ ਬਾਦਲ ਦਲ ਦੀ ਸਰਕਾਰ ਸੀ ਉਦੋਂ ਸ਼੍ਰੋਮਣੀ ਕਮੇਟੀ ਚ, ਉਹਨਾਂ ਦਾ ਹੁਣ ਵਾਂਗੂ ਬਹੁਗਿਣਤੀ ਸੀ, ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਲਾਇਆ। ਹਾਲਾਂਕਿ ਪ੍ਰਧਾਨ ਨੇ ਅਸਤੀਫਾ ਦੇਤਾ ਸੀ, ਅਸਤੀਫਾ ਮਨਜ਼ੂਰ ਕਰਨ ਦੀ ਥਾਂ ਉਹਨਾਂ ਨੂੰ ਹਟਾਉਣ ਦਾ ਮਤਾ ਪੇਸ਼ ਕੀਤਾ, ਤੇ ਭਾਈ ਰਣਜੀਤ ਸਿੰਘ ਨੂੰ ਵੀ ਉਹਦੇ ਤੋਂ ਹਟਾਤਾ ਸੀ। ਇਸ ਤਰ੍ਹਾਂ ਦੀਆਂ ਗੱਲਾਂ ਉੱਠਦੀਆਂ ਰਹੀਆਂ ਨੇ ਵੱਡੀਆਂ, ਕਿਉਂਕਿ ਜਦੋਂ ਤੁਸੀਂ ਆਪ ਹੀ ਜਥੇਦਾਰਾਂ ਦੀ ਜਿਹੜੇ ਸਿੱਖਾਂ ਦੇ ਨੁਮਾਇੰਦੇ ਹੋ, ਉਹ ਉਹਨਾਂ ਦੀ ਪੱਤ ਰੋਲੋਂਗੇ ਜਾਂ ਉਹਨਾਂ ਨਾਲ ਇਹ ਕਰੇਗਾ, ਫਿਰ ਬਗਾਨਿਆਂ ਨੂੰ ਤਾਂ ਮੌਕਾ ਮਿਲੇ ਜਾਂਦਾ ਜੀ ਕਹਿਣ ਦਾ। ਜੀ ਬਿਲਕੁਲ, ਖਾਸ ਕਰਕੇ ਅੰਮ੍ਰਿਤਪਾਲ ਹੋਰਾਂ ਦੇ ਇਸ਼ੂ ਤੋਂ ਸਭ ਕੁਛ ਆਹ ਖੜਾ ਹੋਇਆ। ਦੂਜੇ ਪਾਸੇ ਜਲੰਧਰ ਦੀ ਜ਼ਿਮਨੀ ਚੋਣ ਸੀ ਜਿਹੜੀ, ਉਹਦੀ ਵੀ ਅਨਾਊਂਸਮੈਂਟ ਹੋ ਗਈ, ਤੇ ਪੰਜਾਬ ਦੇ ਵਿੱਚ ਕਈ ਘਟਨਾਕ੍ਰਮ ਹੋਰ ਨੇ ਜਿਸ ਤਰੀਕੇ ਨਾਲ ਟਵਿੱਟਰ ਅਕਾਊਂਟ ਬੰਦ ਕੀਤੇ ਗਏ ਨੇ, ਜਸੈਰ ਸਾਹਿਬ ਦਾ ਹੈਲਡ ਕੀਤਾ ਗਿਆ, ਬੱਬੂ ਮਾਨ ਦਾ ਬੰਦ ਕੀਤਾ ਗਿਆ। ਆਖਿਰ ਜੋ ਇਹ ਪੂਰਾ ਵਰਤਾਰਾ, ਮਾਲਕ ਸਾਹਿਬ ਤੁਹਾਡੇ ਤਜਰਬੇ ਮੁਤਾਬਕ ਸਭ ਕੁਛ ਛੇਤੀ ਹੀ ਖਤਮ ਹੋ ਜਾਊਗਾ ਜਾਂ ਅਜੇ ਨਹੀਂ, ਇਹਦੇ ਚ ਹੋਰ ਡਿਵੈਲਪਮੈਂਟਸ ਹੋਣਗੀਆਂ? ਮੈਨੂੰ ਇਹ ਲੱਗਦਾ ਜਿਹੜੇ ਹਿਸਾਬ ਨਾਲ ਮੁਲਕ ਦੇ ਵਿੱਚ ਅਣਅਲਾਨੀ ਐਮਰਜੈਂਸੀ ਲੱਗੀ ਹੋਈ ਆ, ਜਿਵੇਂ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਵਾਲੇ ਵਰਤਾਰੇ ਨੂੰ ਨਜਿੱਠਿਆ ਗਿਆ, ਜਿਵੇਂ ਸੋਸ਼ਲ ਮੀਡੀਆ ਦੀ ਜ਼ਬਾਨਬੰਦੀ ਕੀਤੀ ਆ, ਜਿਵੇਂ ਦੂਜੀਆਂ ਪੱਤਰਕਾਰਾਂ ਦੀਆਂ ਸੰਘੀਆਂ ਕੁੱਟੀਆਂ ਜਾ ਰਹੀਆਂ ਨੇ, ਮਤਲਬ ਤੁਹਾਡੀਆਂ ਵੀਡੀਓ ਪੋਸਟਾਂ ਨੇ ਜਿਹੜੀਆਂ ਹਟਾਈਆਂ ਜਾ ਰਹੀਆਂ ਨੇ, ਬੱਬੂ ਮਾਨ ਦੇ ਟਵਿੱਟਰ ਆ ਜਿਹੜਾ ਉਹ 'ਤੇ ਵੀ ਕਹਿੰਦੇ ਪਾਬੰਦੀ ਲੱਗ ਗਈ, ਮੈਂ ਹੁਣੇ ਸੁਣਿਆ ਜਥੇਦਾਰ ਸਾਹਿਬ ਦਾ ਟਵਿੱਟਰ ਆ ਜਿਹੜਾ ਉਹਨੂੰ ਰੋਕਿਆ ਜਾਂਦਾ। ਜਥੇਦਾਰ ਦੀ ਆਵਾਜ਼ ਜਿਹਨੂੰ ਜਿਹਦਾ ਹੱਕ ਆ ਜਥੇਦਾਰ ਦਾ ਜਾਂ ਦੁਨੀਆਂ ਦੇ ਸਿੱਖਾਂ ਨੂੰ ਉਹ ਆਵਾਜ਼ ਸੁਣਨ ਦਾ, ਤੁਸੀਂ ਉਹ 'ਤੇ ਵੀ ਪਾਬੰਦੀਆਂ ਲਾ ਰਹੇ ਹੋ। ਪਹਿਲੀ ਵਾਰ ਹੋ ਰਿਹਾ ਜੀ ਇਹ ਕਿ ਮੁਲਕ ਦੇ ਵਿੱਚ ਜਿਹੜੀ ਧਿਰ ਸਰਕਾਰ ਦੀ ਧਿਰ ਆ, ਰਾਜ ਕਰ ਰਹੀ ਧਿਰ ਆ, ਉਹ ਨਹੀਂ ਲੋਕ ਸਭਾ ਚੱਲਣ ਦੇ ਰਹੀ। ਉਹ ਕਹਿ ਰਹੀ ਆ ਵੀ ਜਿਹੜਾ ਰਾਹੁਲ ਗਾਂਧੀ ਬੋਲਿਆ ਉਹਦੀ ਮਾਫ਼ੀ ਮੰਗੇ। ਵਿਰੋਧੀ ਧਿਰਾਂ ਤਾਂ ਰੋਕਦੀਆਂ ਰਹੀਆਂ ਇਹਨਾਂ ਨੂੰ, ਮਤਲਬ ਜਾਮ ਕਰਦੀਆਂ ਰਹੀਆਂ ਵਿਧਾਨ ਸਭਾ ਜਾਂ ਲੋਕ ਸਭਾ, ਤੇ ਹਾਕਮ ਧਿਰ ਤਾਂ ਇਹ ਹੁੰਦੀ ਆ ਵੀ ਕੰਮ ਨਹੀਂ ਚੱਲਣ ਦਿੰਦੇ। ਹੁਣ ਆਪ ਹੀ ਨਹੀਂ ਉਹ ਕੰਮ ਚਲਾ ਰਹੇ, ਰਾਜ ਸਭਾ ਤੇ ਲੋਕ ਸਭਾ ਦੋਹੇ ਉਹਨਾਂ ਨੇ ਰੋਕ ਰੱਖੀਆਂ, ਹਾਕਮ ਧਿਰ ਨੇ ਰੋਕ ਰੱਖੀਆਂ। ਦੂਜੀ ਗੱਲ ਤੁਸੀਂ ਇਹ ਦੇਖੋ, ਇਹ ਜਿਹੜੀ ਧਿਰ ਅੱਜ ਹੁਣ ਰਾਜ ਚ ਆਈ ਆ ਨਾ ਜੀ, ਹੁਣ ਤੱਕ ਤਾਂ ਇਹ ਪ੍ਰੈਸ ਦੀ ਆਜ਼ਾਦੀ ਦੀ ਰੌਲਾ ਪਾਉਂਦੀ ਸੀ, ਐਮਰਜੈਂਸੀ ਲੱਗੀ ਹੋਈ ਸੀ, ਤੁਸੀਂ ਉਸ ਵੇਲੇ ਦੀਆਂ ਗੱਲਾਂ ਦੇਖ ਲਓ, ਉਸ ਤੋਂ ਬਾਅਦ ਦੇ ਵਿੱਚ ਦੇਖ ਲਓ, ਇਹ ਤਾਂ ਸਭ ਤੋਂ ਵੱਧ ਰੌਲੀ ਇਹ ਪਾਉਂਦੇ ਹੁੰਦੇ ਸੀ ਵੀ ਪ੍ਰੈਸ ਦੀ ਆਜ਼ਾਦੀ ਆਹ ਚਾਹੀਦੀ ਆ, ਬੋਲਣ ਦਾ ਅਧਿਕਾਰ ਚਾਹੀਦਾ, ਸਾਡਾ ਉਹ ਖੋਹਿਆ ਜਾ ਰਿਹਾ, ਤੇ ਇਹੀ ਸਭ ਤੋਂ ਵੱਧ ਹੁਣ ਜਦੋਂ ਸੱਤਾ ਦੇ ਵਿੱਚ ਆ ਗਏ, ਜਿਵੇਂ ਭਗਵੰਤ ਮਾਨ ਜਿਹੜੇ ਐਲਾਨ ਕਰਦਾ ਸੀ ਉਦੋਂ ਪੁੱਠੇ ਕੰਮ ਕਰ ਰਿਹਾ, ਸਾਰੇ ਉਲਟ ਕਰ ਰਿਹਾ, ਉਸੇ ਤਰ੍ਹਾਂ ਆਰਐਸਐਸ ਕਰ ਰਹੀ ਆ, ਮਤਲਬ ਇੰਦਰਾ ਗਾਂਧੀ ਤੋਂ ਜਾਂ ਕਾਂਗਰਸ ਸਰਕਾਰ ਤੋਂ ਵੀ ਕਈ ਕਦਮ ਆ ਜਿਹੜੇ ਅੱਗੇ ਚੱਲ ਰਹੀ ਆ। ਸੋ ਇਸ ਕਰਕੇ 24 ਦੀ ਜਿਹੜੀ ਲੋਕ ਸਭਾ ਦੀ ਚੋਣ ਆ, ਉਦੋਂ ਤੱਕ ਇਹਨਾਂ ਨੇ ਇਹੋ ਜਿਹੇ ਸਿਆਪੇ ਨੇ ਜਿਹੜੇ ਖੜੇ ਕਰਨੇ ਨੇ, ਤਾਲਾਬੰਦੀ ਕਰਨੀ ਆ ਲੋਕਾਂ ਦੀ ਧਰਮ ਦੇ ਆਧਾਰ ਤੇ, ਉਸੇ ਰੂਪ ਚ ਹੁਣ ਸਿੱਖਾਂ ਦਾ ਇੱਕ ਐਡਾ ਵਕਾਰ ਬਣਿਆ ਸੀ, ਕਿਸਾਨ ਅੰਦੋਲਨ ਨੇ ਵਕਾਰ ਬਣਾਇਆ ਸੀ, ਇੱਕ ਅਜਿਹਾ ਵਰਤਾਂਤ ਸਿਰਜਿਆ ਸੀ ਜਿਹੜਾ ਜਥੇਦਾਰ ਵੀ ਹੁਣ ਕਹਿੰਦਾ ਉਹਨੂੰ ਮੇਸਣ ਲਈ ਇਹ ਸਾਰਾ ਕੁਛ ਕੀਤਾ ਜਾ ਰਿਹਾ। ਪਰ ਜਥੇਦਾਰ ਨੇ ਉਦੋਂ ਵੀ ਜਿਹੜੇ ਕਿਸਾਨ ਅੰਦੋਲਨ ਚ ਖੜੂ ਪਾਉਣ ਵਾਲੇ ਸੀ ਉਦੋਂ ਵੀ ਉਹਨਾਂ ਦੀ ਪਿੱਠ ਤਾਪੜੀ ਸੀ ਜਥੇਦਾਰ ਨੇ, ਹੁਣ ਵੀ ਜਦੋਂ ਇੱਕ ਬੰਦਾ ਸਿਰ ਲੈਣ ਦੇਣ ਦੀ ਗੱਲ ਕਰਦਾ ਉਦੋਂ ਜਥੇਦਾਰ ਕੌਮ ਨੂੰ ਸੱਦੇ ਦੇ ਰਿਹਾ ਕਿ ਸਾਰੇ ਤੁਸੀਂ ਲਾਇਸੈਂਸੀ ਹਥਿਆਰ ਆ ਜਿਹੜੇ ਉਹ ਲਓ, ਵੱਧ ਤੋਂ ਵੱਧ ਤੁਸੀਂ ਲਓ। ਜਦੋਂ ਤੁਸੀਂ ਕੌਮ ਨੂੰ ਸੱਦਾ ਦਿੰਦੇ ਆ ਜਦੋਂ ਕਿ ਮਤਲਬ ਠੀਕ ਆ ਕੋਈ ਹਥਿਆਰ ਲੈਂਦਾ ਨਹੀਂ ਲੈਂਦਾ, ਤੁਸੀਂ ਲਾਇਸੈਂਸੀ ਹਥਿਆਰ ਕੀ ਕਰੋਗੇ ਜੀ, ਇੱਕ ਮਿੰਟ ਦੇ ਵਿੱਚ ਉਹ ਲਾਇਸੈਂਸੀਆਂ ਨੂੰ ਗੈਰ ਲਾਇਸੈਂਸੀ ਬਣਾ ਦੇਣਗੇ। ਅੰਮ੍ਰਿਤਪਾਲ ਕੋਲੇ ਹੈਗੀ ਸੀ ਕਾਨੂੰਨੀ ਹਥਿਆਰ ਸੀ, ਇੱਕ ਹੁਕਮ ਕੀਤਾ ਉਹ ਸਾਰੇ ਲਾਇਸੈਂਸ ਰੱਦ ਕਰਤੇ ਤੇ ਉਹ ਗੈਰ ਕਾਨੂੰਨੀ ਬਣਗੇ। ਸੋ ਜਥੇਦਾਰ ਵੀ ਕੋਈ ਇਹਨਾਂ ਦੀਆਂ ਸਿਆਣੀਆਂ ਗੱਲਾਂ ਨਹੀਂ ਕਰ ਰਹੇ, ਪਰ ਜਿਹੜੀ ਹਕੂਮਤ ਆ, ਪਹਿਲਾਂ ਵੀ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਕਿ ਇਹਨਾਂ ਦਾ ਸੁਭਾਅ ਹੋਆ, ਉਹ ਚਾਹੁੰਦੇ ਨੇ ਕਿ ਇਸ ਧਰਤ ਤੇ ਕੋਈ ਫੁੱਲ ਨਾ ਖਿੜੇ, ਜਿਹੜਾ ਖਿੜੇ ਬਸ ਉਹਨਾਂ ਦੀ ਕਣਸ ਦੀ ਸਜਾਵਟ ਬਣੀ, ਉਹ ਚਾਹੁੰਦੇ ਨੇ ਇਸ ਧਰਤ ਤੇ ਕੋਈ ਬੋਲ ਨਾ ਉੱਠੇ, ਜੋ ਵੀ ਬੋਲੇ ਬਸ ਉਹਨਾਂ ਦੀ ਹਾਮੀ ਭਰੇ। ਇਹਦੀ ਮਾਰਚ ਦੀ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਆ ਰਹੇ ਨੇ ਇਹ, ਸੋਸ਼ਲ ਮੀਡੀਆ ਬੰਦ ਕੀਤਾ ਹੋਇਆ, ਹੋਰ ਸਾਰਾ ਕੁਛ ਕਰ ਰਿਹਾ, ਮਤਲਬ ਆਉਣ ਵਾਲੇ ਦਿਨ ਜਿਵੇਂ ਉਹ ਕਹਿੰਦੇ ਆ ਸੁਖਨੀ ਸਾਧ ਦੇ ਡੇਰੇ ਕੁੱਤੀਆਂ ਭੌਂਕਦੀਆਂ। ਸੋ ਮੈਨੂੰ ਕੋਈ ਚੰਗੇ ਦਿਨਾਂ ਦੀ ਆਸ ਨਹੀਂ ਲੱਗਦੀ ਆਉਣ ਵਾਲੇ ਦਿਨਾਂ 'ਚ ਪੰਜਾਬ ਲਈ, ਖਾਸ ਕਰਕੇ ਘੱਟ ਗਿਣਤੀਆਂ ਲਈ। ਮਾਲਕ ਸਾਹਿਬ ਖਾਸ ਕਰਕੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਦਾ ਸਪੀਚ ਸੀ, ਉਹਦੇ 'ਚ ਪੰਜਾਬ ਨੂੰ ਵੀ ਸੰਬੋਧਨ ਹੋਏ, ਉਹ ਇਤਿਹਾਸ ਨੂੰ ਵੀ ਸੰਬੋਧਨ ਹੋਏ। ਉਹ ਕਹਿੰਦੇ ਕਿ ਜਿਹੜਾ 1984 ਦਾ ਕਾਲਾ ਦੌਰ ਸੀ ਦੇਸ਼ ਦੇ ਵਿੱਚ, ਉਹ ਕਦੇ ਭੁੱਲਿਆ ਨਹੀਂ ਜਾਊਗਾ, ਪਰ ਕਾਂਗਰਸ ਦੀ ਫਿਰ ਵੀ ਇਤਿਹਾਸਿਕ ਜਿੱਤ ਹੋਈ ਤੇ ਬੀਜੇਪੀ ਪੂਰੀ ਤਰ੍ਹਾਂ ਤਬਾਹ ਹੋਈ, ਪਰ ਅਸੀਂ ਨਿਰਾਸ਼ ਨਹੀਂ ਹੋਏ। ਜਿਹੜਾ ਭਾਜਪਾ ਦੇ ਸਿਰ ਕੱਢ ਆਗੂਆਂ ਵੱਲੋਂ ਬਾਰ ਬਾਰ 1984 ਯਾਦ ਕਰਨੀ, ਕਾਂਗਰਸ ਦੀ ਇਤਿਹਾਸਿਕ ਜਿੱਤ ਯਾਦ ਕਰਨੀ, ਇਸ ਗੱਲ ਦੇ ਮਾਇਨੇ ਕੀ ਨੇ? ਦੇਖੋ ਜੀ,
ਹੁਣ ਇਹ ਜਿਹੜੀ ਸਿਆਸਤ ਆ ਇਹਨੂੰ ਸਿਰਫ ਵੋਟਾਂ ਤੱਕ ਦੀ ਸਿਆਸਤ, ਵੋਟਾਂ ਲੈਣ ਦੀ ਸਿਆਸਤ ਸਮਝਣਾ ਇਹ ਮੈਨੂੰ ਲੱਗਦਾ ਵੱਡੀ ਭੁੱਲ ਹੋਊਗੀ। ਕਿਉਂਕਿ ਹੁਣ ਜਿਹੜੀ ਸਿਆਸਤ ਆ ਉਹ ਵਖਰੇਵਿਆਂ ਨੂੰ ਮਿਸਣ ਦੀ ਆ। ਜਿਹੜਾ ਇਹ ਫੁੱਲਾਂ ਦਾ ਗੁਲਦਸਤਾ ਹੁਣ ਤੱਕ ਕਹਿੰਦੇ ਆਏ ਆ ਭਾਰਤ ਨੂੰ, ਇਹਨੂੰ ਭਗਵੀ ਚਟਨੀ ਬਣਾਉਣ ਦੀ ਸਿਆਸਤ ਆ। ਇੱਕ ਇਹੋ ਜਿਹੀ ਕੌਮ ਕਹਿੰਦੇ ਨੇ ਅਸੀਂ ਸਿਰਜਣੀ ਆ, ਜਿਹੜਾ ਉਹ ਦੋ ਕੌਮਾਂ ਦੇ ਫਿਰਕੂ ਸਿਧਾਂਤ ਦੇ ਆਧਾਰ ਤੇ ਦੋ ਦੇਸ਼ ਬਣੇ ਸੀ। ਪਾਕਿਸਤਾਨ ਤਾਂ ਸਿੱਧਾ ਇਸਲਾਮਿਕ ਕੰਟਰੀ ਸੀ, ਉਹਨਾਂ ਨੇ ਤਾਂ ਐਲਾਨ ਹੀ ਕੀਤਾ ਸੀ। ਇਹਨਾਂ ਨੇ ਬਹੁਤ ਸਾਰੇ ਉਹਲੇ ਰੱਖੇ ਸੀ ਕਿ ਆਹ ਫਰਕ ਆ ਜੀ ਸਾਡਾ, ਸਾਡਾ ਇੰਡੀਆ ਇਹ ਯੂਨੀਅਨ ਆਫ ਸਟੇਟਸ ਆ, ਜਾਂ ਇਹ ਧਰਮ ਨਿਰਪੱਖ ਆ, ਜਾਂ ਇਹ ਆਜ਼ਾਦੀ ਦਿੰਦਾ। ਜੰਮੂ ਕਸ਼ਮੀਰ ਵਾਲਾ ਮਸਲਾ ਆਇਆ ਹੋਇਆ ਸੀ, ਉਹਦੇ ਬਾਰੇ ਵੀ ਕਿਹਾ ਸੀ ਵੀ ਹਾਂ ਅਸੀਂ ਇਹਨੂੰ ਡੈਮੋਕਰੇਟਿਕ ਤਰੀਕੇ ਨਾਲ ਨਜਿੱਠਾਂਗੇ। ਕਾਂਗਰਸ ਨੇ ਵੀ ਸੰਵਿਧਾਨ ਕੰਸ ਸੀ ਜਿਹੜੇ ਫੈਡਰਲਿਸਟ ਸੀ ਉਹ ਖਤਮ ਕੀਤੇ, ਇਹਨਾਂ ਨੇ ਬਹੁਤ ਤੇਜ਼ੀ ਨਾਲ ਸਿਰੇ ਲਾ ਤੇ। ਸੋ ਇਸ ਕਰਕੇ ਇਹ ਇੱਕ ਵੱਡਾ ਹਮਲਾ, ਸਿਰਫ ਵੋਟਾਂ ਦੀ ਰਾਜਨੀਤੀ ਕਹਿ ਕੇ ਇਹਨੂੰ ਮਤਲਬ ਸੋਚਣਾ, ਅੰਗਣਾ ਜਾਂ ਨਕਾਰਨਾ ਮੈਨੂੰ ਲੱਗਦਾ ਦਰੁਸਤ ਨਹੀਂ ਹੋਊਗਾ। ਇੱਕ ਫਾਸ਼ੀਵਾਦ ਆ ਜਿਹੜਾ ਉਹਦਾ ਉਭਾਰ ਕੀਤਾ ਜਾ ਰਿਹਾ। ਫਾਸ਼ੀਵਾਦ ਇਕੱਲਾ ਇਹ ਨਹੀਂ ਹੁੰਦਾ ਵੀ ਹਕੂਮਤ ਜ਼ੁਲਮ ਕਰਦੀ ਆ, ਹਕੂਮਤ ਸਮਾਜ ਦੇ ਵਿੱਚ ਇੱਕ ਵੱਡਾ ਉਹੋ ਜਿਹਾ ਤਬਕਾ ਸਿਰਜ ਲੈਂਦੀ ਆ ਜਿਹੜਾ ਉਹਦੇ ਜ਼ੁਲਮ ਦੀ ਹਾਮੀ ਭਰਨ ਲੱਗ ਜਾਂਦਾ, ਉਹਨੂੰ ਸ਼ਿਸ਼ਕੇਰਨ ਲੱਗ ਜਾਂਦਾ। ਮੈਂ ਅੱਜ ਵੀਡੀਓ ਤੇ ਸੁਣ ਰਿਹਾ ਸੀ ਇੱਕ ਬੋਲ ਰਿਹਾ, ਉਹ ਕਹਿੰਦਾ ਪੰਜਾਬ ਦੇ ਵਿੱਚ ਬਲਡੋਜ਼ਰ ਚੱਲਣਾ ਚਾਹੀਦਾ ਜੋਗੀ ਜੀ ਵਾਲਾ, ਇਹ ਖਾਲਿਸਤਾਨੀ ਦੇ ਅੰਮ੍ਰਿਤਪਾਲ ਦੇ ਉਹਨਾਂ ਦੇ ਹਮਾਇਤੀਆਂ ਦੇ ਘਰ ਨੇ ਜਿਹੜੇ ਢਾਹੇ ਜਾਣੇ ਚਾਹੀਦੇ ਨੇ, ਵੀ ਇਹ ਭਾਰਤ ਆ ਤੁਸੀਂ ਖਾਲਿਸਤਾਨ ਬਣਾਉਣ ਨੂੰ ਫਿਰਦੇ ਹੋ, ਤੁਹਾਨੂੰ ਇੱਥੇ ਰਹਿਣ ਦਾ ਵੀ ਹੱਕ ਨਹੀਂ। ਇਹੋ ਜਿਹਾ ਮਤਲਬ ਅਗਰੈਸਿਵ ਪ੍ਰਚਾਰ ਕੀਤਾ ਜਾ ਰਿਹਾ, ਤੇ ਉਹ ਧਿਰ ਨੂੰ ਜਿਹੜਾ ਇਹ ਪ੍ਰਚਾਰ ਕਰ ਰਹੀ ਹੈ ਹਿੰਦੂ ਰਾਸ਼ਟਰ ਦਾ ਦੂਜਾ, ਉਹਨਾਂ ਨੂੰ ਖੁੱਲ੍ਹ ਦਿੱਤੀ ਜਾ ਰਹੀ ਹੈ। ਜੇ ਉਹਨਾਂ ਤੇ ਇਤਰਾਜ਼ ਵੀ ਲਾਉਂਦੇ ਨੇ, ਕੋਈ ਸੁਪਰੀਮ ਕੋਰਟ ਵੀ ਟਿੱਪਣੀਆਂ ਕਰਦਾ, ਤਾਂ ਉਹਦੇ ਅੱਗੇ ਕੋਈ ਇਹ ਕਾਰਵਾਈ ਨਹੀਂ ਕਰਦੇ। ਸੋ ਇਸ ਕਰਕੇ ਠੀਕ ਆ ਗੱਲ, ਉਦੋਂ 400 ਤੋਂ ਉੱਤੇ ਵੋਟਾਂ ਲੈ ਗਿਆ ਸੀ ਰਾਜੀਵ ਗਾਂਧੀ 84 ਤੋਂ ਬਾਅਦ, ਤੇ ਇਹਨਾਂ ਦੀਆਂ ਤਾਂ ਹਾਲੇ 303 ਆਈਆਂ। ਤੇ ਹੁਣ ਆ ਸੂਬਿਆਂ ਦੀਆਂ ਚੋਣਾਂ ਨੇ, ਉੱਥੇ ਕਿਹੋ ਜਿਹੀ ਸਿਆਸਤ ਖੇਡਦੇ ਆ, 24 ਤੋਂ ਪਹਿਲਾਂ ਕਿਹੋ ਜਿਹੀ ਸਿਆਸਤ ਖੇਡਦੇ ਆ, ਇਹ ਮੁਲਕ ਨੂੰ ਬੜਾ ਚੌਕਸਾ ਹੋ ਜਾਣਾ ਚਾਹੀਦਾ। ਇਹਦਾ ਸਿਰਫ ਮੁਕਾਬਲਾ ਫੈਡਰਲ ਸਿਆਸਤ ਦੇ ਆਧਾਰ ਤੇ ਕੀਤਾ ਜਾ ਸਕਦਾ, ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਦੇ ਨਾਲ ਕੀਤਾ ਜਾ ਸਕਦਾ। ਜੇ ਤੁਸੀਂ ਸਿਰਫ ਫਿਰਕੂ ਸ਼ਾਂਤੀ ਦੀ ਗੱਲ ਕਰੋਗੇ, ਇਹਦੇ ਨਾਲ ਤਾਲਾਬੰਦੀ ਆ ਜਿਹੜੀ ਉਹ ਮਿਟਣੀ ਨਹੀਂ, ਤਾਲਾਬੰਦੀ ਆ ਜਿਹੜੀ ਉਹ ਮਜ਼ਬੂਤ ਹੋਗੀ, ਜਿਹਦਾ ਫਾਇਦਾ ਸਰਕਾਰਾਂ ਨੂੰ ਵੀ ਹੁੰਦਾ ਜਾਂ ਹਾਕਮ ਜਮਾਤ ਨੂੰ ਹੁੰਦਾ। ਜੀ ਜੀ ਬਿਲਕੁਲ ਮਾਲੀ ਸਾਹਿਬ, ਆਖਰੀ ਮੇਰਾ ਸਵਾਲ, ਫੈਡਰਲਿਜ਼ਮ ਦੀ ਲੜਾਈ ਅੱਜ ਦੇ ਸਮੇਂ ਦੇ ਵਿੱਚ ਆਪਾਂ ਕਿੱਥੇ ਕੁ ਦੇਖਦੇ ਹਾਂ? ਹਾਲਾਂਕਿ ਲਗਾਤਾਰ ਪਿਛਲੇ ਕੁਛ ਸਮੇਂ ਤੋਂ ਆਪਾਂ ਗੱਲਬਾਤ ਵੀ ਕਰਦੇ ਰਹੇ ਹਾਂ ਕਿ ਸੇਫਟੀ ਡੈਮ ਐਕਟ ਜਾਂ BBMP ਦੇ ਵਿੱਚ ਪੰਜਾਬ ਨੂੰ ਬਾਹਰ ਰੱਖਣਾ, ਪੰਜਾਬ ਦੀਆਂ ਜ਼ਮੀਨਾਂ ਦੀ ਲੜਾਈ, ਪੰਜਾਬ ਦੀਆਂ ਫਸਲਾਂ ਦੀ ਲੜਾਈ, ਕਾਰਪੋਰੇਟ ਜਾਂ ਪੰਜਾਬ ਦੇ ਡੈਮਾਂ ਦੇ ਉੱਤੇ ਕਬਜ਼ਾ, ਪੰਜਾਬ ਦੇ ਪਾਣੀ ਲੁੱਟਣ ਦੀਆਂ ਗੱਲਾਂ, ਤਮਾਮ ਤਰ੍ਹਾਂ ਦਾ ਜਿਹੜਾ ਇਹ ਇੱਕ ਢਾਂਚਾ, ਅੱਜ ਦੇ ਸਮੇਂ ਦੇ ਵਿੱਚ ਕੀ ਲੱਗਦਾ ਤੁਹਾਨੂੰ, ਫੈਡਰਲਿਜ਼ਮ ਦੀ ਲੜਾਈ ਲੜਨ ਵਾਲੇ ਕਿਹੜੇ ਹੋ ਲੋਕ ਨੇ? ਕੀ ਫੈਡਰਲਿਜ਼ਮ ਦੀ ਲੜਾਈ ਦੇ ਉਭਾਰ ਦੇ ਵਿੱਚ ਕਦੇ ਕੁਛ ਆ ਪਾਊਗਾ ਅੰਦੋਲਨ ਦੇ ਰੂਪ ਦੇ ਵਿੱਚ ਜਾਂ ਨਹੀਂ, ਸਭ ਕੁਛ ਏਦਾਂ ਹੀ ਚੱਲਦਾ ਰਹੂਗਾ? ਨਹੀਂ ਦੇਖੋ, ਸਮੇਂ ਦੇ ਨਾਲ ਇਹ ਗੱਲਾਂ ਉੱਭਰਦੀਆਂ ਨੇ। ਇੱਕ ਵਾਰ ਬੜੇ ਜ਼ੋਰ ਨਾਲ ਫੈਡਰਲ ਸਿਆਸਤ ਉੱਭਰੀ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀ, ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਸੀ, ਈਵਨ 16 ਰਾਜਾਂ ਦੇ ਮੁੱਖ ਮੰਤਰੀਆਂ ਦੀ ਜਾਂ ਪਾਰਟੀਆਂ ਦੀ ਫੈਡਰਲ ਸਿਆਸਤ ਬਾਰੇ ਜਾਂ ਆਨੰਦਪੁਰ ਦੇ ਮਤੇ ਦੀ ਸਿਆਸਤ ਤੇ ਖੜੇ ਸੀ, ਅਕਾਲੀ ਦਲ ਮੀਟਿੰਗ ਸੱਦੀ ਸੀ, ਪਰ ਜਦੋਂ ਪ੍ਰਧਾਨ ਮੰਤਰੀ ਨੇ ਘੁਰਕੀ ਦਿੱਤੀ ਉਹ ਮੀਟਿੰਗ ਇਹਨਾਂ ਨੇ ਕੈਂਸਲ ਕੀਤੀ। ਫਿਰ ਇਹਨਾਂ ਨੇ ਜਿਹੜੀਆਂ ਸਥਾਨਕ ਪਾਰਟੀਆਂ ਸੀ, ਜਿਵੇਂ ਧਰਮਵੀਰ ਗਾਂਧੀ ਜੀ ਇੱਕ ਫਿਕਰਾ ਵਰਤਦੇ ਹੁੰਦੇ ਆ ਵੀ ਉਹਨਾਂ ਨੂੰ ਕੁਆਪਟ ਵੀ ਕੀਤਾ ਤੇ ਕਰਪਟ ਵੀ ਕੀਤਾ, ਉਹਨਾਂ ਨੂੰ ਫਿਰ ਰਾਜ ਭਾਗ ਚ ਹਿੱਸੇਦਾਰ ਬਣਾ ਲਿਆ। ਕਿਉਂਕਿ ਜਦੋਂ ਇੱਕ ਪਾਰਟੀ ਦੀ ਸਰਕਾਰ ਨਾ ਬਣੀ, ਫਿਰ ਉਹਦੇ ਵਿੱਚ ਹੀ ਆਹ UPA NDA ਵਰਗੀਆਂ ਗੱਲਾਂ ਨਿਕਲੀਆਂ ਸੀ, ਗੱਠਜੋੜਾਂ ਦੀਆਂ ਗੱਲਾਂ ਨਿਕਲੀਆਂ ਸੀ, ਉਹ ਪਾਰਟੀਆਂ ਨੂੰ ਪੈਂਤੜੇ ਤੋਂ ਇਹਨਾਂ ਨੇ ਥੜਕਾ ਕੇ ਉਹ ਫੈਡਰਲਿਜ਼ਮ ਦੀ ਲੜਾਈ ਆ ਜਿਹੜੀ ਉਹ ਜਿਹਦੇ ਜਿਹਨੂੰ ਆਪਾਂ ਕਹਿ ਦਈਏ ਸੱਤਾ ਚ ਭਾਗੇਦਾਰੀ, ਜਦੋਂ ਵੱਡੀ ਸੱਤਾ ਚ ਉਹਨਾਂ ਨੂੰ ਸ਼ਾਮਿਲ ਕਰ ਲਿਆ, ਉਹ ਰਾਜਾਂ ਦੀ ਸੱਤਾ ਦੀ ਲੜਾਈ ਆ ਜਿਹੜੀ ਉਹਦੇ ਹੱਕਾਂ ਦੀ ਲੜਾਈ ਆ ਉਹ ਛੱਡ ਗਏ। ਦੂਜਾ ਪੰਜਾਬ ਚ ਇੱਕ ਵਿਸ਼ੇਸ਼ ਕੇਸ ਇਹ ਆ, ਜਾਂ ਜੰਮੂ ਕਸ਼ਮੀਰ ਚ ਜਿੱਥੇ ਕੋਈ ਧਾਰਮਿਕ ਘੱਟ ਗਿਣਤੀ ਬਹੁ ਗਿਣਤੀ ਚ ਆ, ਉੱਥੇ ਜਿਹੜਾ ਮੁਲਕ ਦੇ ਵਿੱਚ ਇਹ ਸਾਰੀਆਂ ਸ਼ਕਤੀਆਂ ਦਾ ਕੇਂਦਰੀਕਰਨ ਕਰ ਰਿਹਾ, ਇਹਨਾਂ ਰਾਜਾਂ ਨਾਲ ਸੰਵਿਧਾਨਕ ਤੇ ਕਾਨੂੰਨੀ ਵਿਤਕਰੇ ਵੀ ਹੋਏ ਨੇ। ਪੰਜਾਬੀ ਸੂਬਾ ਨਹੀਂ ਇਹਨਾਂ ਨੇ ਬਣਾਇਆ, 47 ਤੋਂ ਬਾਅਦ 66 ਚ ਪੰਜਾਬ ਮੁੜ ਵੰਡਿਆ, ਫਿਰ ਇਹਦੇ ਕੁਦਰਤੀ ਸਰੋਤ ਵੀ ਵੰਡਦੇ, ਰਾਜਧਾਨੀ ਵੀ ਇਹਨਾਂ ਤੋਂ ਖੋਲੀ, ਪੰਜਾਬ ਯੂਨੀਵਰਸਿਟੀ ਆ ਜਿਹੜੀ ਉਹਦੇ ਵੀ ਕੇਂਦਰ ਨੇ ਕਬਜ਼ਾ ਕਰ ਲਿਆ, ਭਾਖੜਾ ਡੈਮ ਤੇ ਵੀ ਉਹਨਾਂ ਨੇ ਕੰਟਰੋਲ ਕਰ ਲਿਆ। ਸੋ ਇਹ ਲੜਾਈ ਆ ਜਿਹੜੀ ਉੱਭਰਨੀ ਆ, ਕਿਉਂਕਿ ਜਿਹਨਾਂ ਨੂੰ ਨਾਲ ਲਾਇਆ ਜਿਹੜੀ ਵੀ ਪਾਰਟੀ ਨੂੰ ਭਾਜਪਾ ਨੇ ਉਹਨੂੰ ਹੜੱਪੇ ਹੀ ਆ, ਖਤਮੇ ਕੀਤਾ। ਚਲੋ ਨਤੀਸ਼ ਇੱਕ ਝੱਟ ਚ ਬਚ ਗਿਆ, ਜਾਂ ਮਹਾਰਾਸ਼ਟਰ ਵਾਲੇ ਡਟ ਰਹੇ ਨੇ, ਲੜ ਰਹੇ ਨੇ, ਅੜੇ ਹੋਏ ਨੇ, ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਈਵਨ ਤੁਸੀਂ ਆਪਣਾ ਰਾਹੁਲ ਗਾਂਧੀ ਨੇ
ਜਿਹੜੀ ਸਪੀਚ ਦਿੱਤੀ ਸੀ ਲੋਕ ਸਭਾ ਚ ਉਹ ਚ ਸਾਫ਼ ਹੈ ਫੈਡਰਲਿਜ਼ਮ ਦੀ ਗੱਲ ਸੀ, ਫੈਡਰਲਿਜ਼ਮ ਦੀ ਲੜਾਈ ਦੀ ਗੱਲ ਸੀ, ਪਰ ਉਹ ਸਪੀਚ ਉੱਥੇ ਰਹਿ ਗਈ, ਮੁੜ ਕੇ ਉਸ ਲੜਾਈ ਨੂੰ ਇਹਨਾਂ ਨੇ ਵੀ ਅੱਗੇ ਨੀ ਤੋਰਿਆ। ਮਾਲੀ ਸਾਹਿਬ ਜੀ, ਮਾਲੀ ਸਾਹਿਬ ਤੁਸੀਂ ਖਾਸ ਕਰਕੇ ਮੈਂ ਤੁਹਾਡੀਆਂ ਕੁਛ ਪਹਿਲਾਂ ਪੋਸਟਾਂ ਪੜ੍ਹੀਆਂ ਸੀ ਫੈਡਰਲਿਜ਼ਮ ਬਾਰੇ, ਤੁਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਖਾਸ ਗੱਲ ਕਰਦੇ ਸੀ ਕਿ ਨਵਜੋਤ ਸਿੰਘ ਸਿੱਧੂ ਉਸ ਰਾਜਨੀਤੀ ਦਾ ਧੁਰਾ ਜਿਸ ਰਾਜਨੀਤੀ ਦੀ ਪੰਜਾਬ ਨੂੰ ਲੋੜ ਹੈ ਜੀ। ਹਾਂ ਜੀ ਹਾਂ, ਦੇਖੋ ਨਵਜੋਤ ਸਿੰਘ ਸਿੱਧੂ ਨੇ ਉਸ ਵੇਲੇ ਵੀ ਬੜੇ ਜ਼ੋਰ ਨਾਲ ਆਵਾਜ਼ ਉਠਾਈ ਸੀ ਜਦੋਂ ਆਹ ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ GST ਲਾਇਆ, ਉਦੋਂ ਉਹਨੇ ਕਿਹਾ ਸੀ ਵੀ ਸੂਬਿਆਂ ਨੂੰ ਇਹ ਮੰਗ ਤੇ ਬਣਾ ਦੂ GST। ਪਰ ਮਨਪ੍ਰੀਤ ਬਾਦਲ ਆ ਜਿਹੜਾ, ਚਲੋ ਜਿਹੜਾ ਹੁਣ ਭਾਜਪਾ ਚ ਚਲਿਆ ਗਿਆ, ਕੈਪਟਨ ਚਲਿਆ ਗਿਆ, ਇਹ ਬੜੇ ਜ਼ੋਰ ਨਾਲ ਉਹਦੀ ਹਾਮੀ ਭਰਦੇ ਸੀ। ਇਸੇ ਕਰਕੇ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਨਾਲ ਅਮਨ ਸ਼ਾਂਤੀ ਦੀ ਗੱਲ ਕੀਤੀ ਆ, ਵਾਹਗਾ ਬਾਰਡਰ ਖੋਲਣ ਦੀ ਗੱਲ ਕੀਤੀ ਆ, ਖੇਤੀ ਮਾਡਲ ਬਦਲਣ ਦੀ ਗੱਲ ਕੀਤੀ ਆ, ਜਿਹੜੀ ਠੇਕੇਦਾਰੀ ਲੁੱਟ ਹੋ ਰਹੀ ਹੈ ਸਾਡੇ ਸਾਧਨਾਂ ਦੀ, ਉਹਨਾਂ ਦੀਆਂ ਕਾਰਪੋਰੇਸ਼ਨਾਂ ਬਣਾਉਣ ਦੀ ਗੱਲ ਕੀਤੀ ਆ। ਈਵਨ ਇੱਕ ਵਾਰ ਉਹਨੇ ਇਹ ਵੀ ਕਿਹਾ ਸੀ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਜਿਹੜੇ ਰਾਜਾਂ ਦੇ ਖੋਹੇ ਹੋਏ ਹੱਕ ਨੇ ਉਹਨਾਂ ਲਈ ਇਕੱਠੇ ਹੋ ਕੇ ਕੁੱਝ ਨਾ ਕੁੱਝ ਯਤਨ ਕਰਨੇ ਚਾਹੀਦੇ ਨੇ। ਪਰ ਠੀਕ ਆ, ਹੁਣ ਬਾਹਰ ਆਉਂਦਾ ਉਹਦੇ ਕਿਹੜੇ ਵਿਚਾਰਾਂ 'ਚ ਤਬਦੀਲੀ ਆਉਂਦੀ ਆ ਜਾਂ ਉਹ ਕੀ ਕਰਦਾ ਉਸ ਰੂਪ 'ਚ ਪਤਾ ਲੱਗੂਗਾ। ਮੁੱਦਿਆਂ ਦੀ ਸਿਆਸਤ ਵੀ ਅਸਲ 'ਚ ਫੈਡਰਲਿਜ਼ਮ ਦੀ ਉਹ ਸਿਆਸਤ ਹੁੰਦੀ ਆ ਜੀ। ਜੀ ਸੋ ਮਾਲੀ ਸਾਹਿਬ ਸ਼ੁਕਰੀਆ, ਤੁਸੀਂ ਸਾਨੂੰ ਕੀਮਤੀ ਸਮੇਂ 'ਚ ਸਮਾਂ ਦਿੱਤਾ, ਆਪਣਾ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਤੁਹਾਡਾ ਵੀ ਸ਼ੁਕਰੀਆ।